ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਸਿੰਘ ਦੀ ਹਰੇਕ ਕਵਿਤਾ ਵਿੱਚ ਕਾਦਰ ਅਤੇ ਕੁਦਰਤ ਨਾਲ ਪਿਆਰ ਝਲਕਦਾ ਹੈ। ਇਸ ਕਵਿਤਾ ਵਿੱਚ ਵੀ ਪੰਛੀਆਂ ਦੀ ਆਵਾਜ਼ ਬਣੇ ਹਨ ਭਾਈ ਵੀਰ ਸਿੰਘ ਜੀ। ਪੰਛੀਆਂ ਨੂੰ ਪਿੰਜਰੇ ਵਿੱਚ ਪਾ ਕੇ ਰੱਖਣ ਵਾਲਿਆਂ ਲਈ ਦੋ ਬੰਦ ਉਹਨਾਂ ਲਿਖੇ ਕਿ ਜਦ ਪੰਛੀ ਪਿੰਜਰੇ ਵਿੱਚ ਹੁੰਦਾ ਹੈ ਤਾਂ ਤੁਹਾਨੂੰ ਸੋਹਣਾ ਲੱਗਦਾ ਹੈ, ਪਰ ਪੰਛੀ ਲਈ ਉਹ ਸੋਹਣਾ ਨਹੀਂ, ਉਸ ਲਈ ਤਾਂ ਦੁੱਖਾਂ ਦਾ ਪਹਾੜ ਹੈ। ਇੱਕ ਪੰਛੀ ਤੋਂ ਤੁਸੀਂ ਉਸਦੇ ਰਿਸ਼ਤੇਦਾਰ ਖੋਹ ਲੈਂਦੇ ਹੋ, ਉਸਦੇ ਪਰ ਖੋਹ ਲੈਂਦੇ ਹੋ, ਉਸਦੀ ਆਜ਼ਾਦੀ ਖੋਹ ਲੈਂਦੇ ਹੋ। ਤਾਂ ਸੁਣੋ ਦੋਸਤੋ, ਭਾਈ ਵੀਰ ਸਿੰਘ ਦੀ ਕਵਿਤਾ ਪਿੰਜਰੇ ਵਿੱਚ ਪੰਛੀ। ਉਹ ਕੀ ਕਹਿ ਰਹੇ ਨੇ? ਜ਼ਾਲਮ ਖੜਾ ਹਵਾ ਖੁੱਲੀ ਵਿੱਚ, ਆਖੇ ਪਿੰਜਰਾ ਸੋਹਣਾ, ਵਿੱਚ ਆ ਜਾਵੇ ਫਿਰ ਮੈਂ ਪੁੱਛਾਂ ਕਿੰਨਾ ਹੈ ਮਨਮੋਹਣਾ। ਪਰ ਤੋਂ ਹੀਨ ਧਰਾਂ ਦੇ ਕੈਦੀ, ਉਹ ਮੂਰਖ ਦਿਲ ਕਰੜੇ, ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੌਣ। ਜ਼ਾਲਮ ਨੂੰ ਰੰਗ ਸੋਹਣਾ ਲੱਗੇ, ਜ਼ਾਲਮ ਨੂੰ ਰੰਗ ਸੋਹਣਾ ਲੱਗੇ, ਮਿੱਠੀ ਲੱਗੀ ਬਾਣੀ, ਵਾਹ ਵਾਹ ਕਦਰ ਗੁਣਾਂ ਦੀ ਪਾਈ, ਛਹਿਕੇ ਜਾਲੀ ਤਾਣੀ, ਵਾਹ ਵਾਹ ਕਦਰ ਗੁਣਾਂ ਦੀ ਪਾਈ, ਛਹਿਕੇ ਜਾਲੀ ਤਾਣੀ, ਪਕੜ ਪਿੰਜਰੇ ਪਾਏ ਵਿਛੋੜਿਆ ਸਾਕ ਸਨਹੀਆਂ ਨਾਲੋਂ, ਪੱਠ ਪਏ ਕਦਰ ਤੁਹਾਡੀ ਖੇਸ ਯਾਰੀ ਲਾਣੀ, ਪੱਠ ਪਏ ਇਹ ਕਦਰ ਤੁਹਾਡੀ ਖੇਸ ਯਾਰੀ ਲਾਣੀ। ਸੋ ਇਹ ਦੋ ਬੰਦ ਜੋ ਭਾਈ ਵੀਰ ਸਿੰਘ ਦੇ ਲਿਖੇ ਬੜੇ ਹੀ ਪਿਆਰੇ ਬੰਦ ਨੇ ਕਿ ਖੇਚ ਪਵੇ ਤੁਹਾਡੀ ਜਾਲੀ ਜਿਹੜੀ ਤੁਸੀਂ ਪੰਛੀ ਨਾਲ ਪਾਈ, ਉਹਨੂੰ ਪਿੰਜਰੇ 'ਚ ਬੰਦ ਕਰ ਦਿੱਤਾ, ਉਹ ਵਿਚਾਰਾ ਜਾਲੀ ਥਾਣੀ ਤਾਕਦਾ, ਉਸ ਦੇ ਤੁਸੀਂ ਪਰ ਇੱਕ ਹਿਸਾਬ 'ਤੇ ਕੱਟ ਦਿੱਤੇ ਹਨ, ਉਸਦੀ ਆਜ਼ਾਦੀ ਕੱਟਦੀ ਹੈ, ਉਸਦੇ ਰਿਸ਼ਤੇਦਾਰਾਂ ਤੋਂ ਵਿਛੋੜਦਾ। ਸੋ ਭਾਈ ਵੀਰ ਸਿੰਘ ਜੀ ਚਾਹੁੰਦੇ ਨੇ ਕਿ ਪੰਛੀਆਂ ਨੂੰ ਪਿੰਜਰੇ 'ਚ ਨਹੀਂ ਸਗੋਂ ਖੁੱਲ੍ਹੀ ਹਵਾ ਵਿੱਚ ਉੱਡਣ ਦਿਓ, ਉਹਨਾਂ ਤੋਂ ਉਹਨਾਂ ਦੀ ਆਜ਼ਾਦੀ ਨਾ ਖੋਵੋ। ਸੋ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।